कनेडा के सूबे ब्रिटिश कोलंबिया दे विच सरी शहर दे विच पिछले साल मई महीने एक जिहड़ा सॉरी अगस्त महीने एक हादसा वापर गया सीगा। 31 अगस्त 2022 नूं एक फिल्म प्रोड्यूसर जिहड़े कि डॉक्यूमेंट्रियां बनाउंदे नौजवान मैनी अमर नूं जिहड़ा जी उह एक अपने गुआंढी दे नाल तकरारबाजी महंगी पई। उस तकरारबाजी दे विच लड़ाई दे विच मैनी अमर दे सट लगी ते उसकी मौत हो गई। हुण इस मामले दे विच उड़ीकिया जा रहा सीगा कि सज़ा की हो सकती है ज किनू चार्ज किया जा सकता, पर जिहड़ी जांचकर्ता टीम सी आई हिट उन्होंने जो कुछ भी मामला बना के फाइल बना के गां बीसी प्रोसीक्यूशन सर्विसेज नूं दित्ती आ जिन्होंने कि चार्ज लाने होंगे आ, उन्होंने ये कहा कि इस मामले में किसी के उत्ते भी चार्ज नहीं लाए जा सकते। सो जिहड़ी आई हिट वालों जांच की गई आ उहदे विच ये कहा गया कि एक सधारण झगड़ा सीगा, दो गुआंढियां दे विच किसी गल्लों हुई तकरार सी जिहड़ी कि बाद दे विच हिंसक हो गई अते ना चाहुंदिआं होइआं भी इस मामले दे विच जिहड़ी आ ਉਹ ਮਨੀ ਅਮਰ ਦੀ ਮੌਤ ਹੋ ਗਈ। ਸੋ ਇਸ ਵਾਸਤੇ ਕਿਸੇ ਨੂੰ ਦੋਸ਼ੀ ਠਹਿਰਾਉਣ ਵਾਸਤੇ ਜਿਹੜੀ ਦੂਜੀ ਧਿਰ ਆ ਉਹਦੇ ਵਾਸਤੇ ਸਬੂਤ ਚਾਹੀਦੇ ਆ, ਪੂਰੀ ਦਲੀਲ ਚਾਹੀਦੀ ਆ ਤਾਂ ਕਿ ਉਹਨੂੰ ਸਜ਼ਾ ਕੀਤੀ ਜਾ ਸਕੇ। ਅਤੇ ਇਸ ਮਾਮਲੇ ਦੇ ਵਿੱਚ ਸਬੂਤਾਂ ਦੀ ਦਲੀਲਾਂ ਦੀ ਬੜੀ ਘਾਟ ਆ, ਇਸ ਕਾਰਨ ਇਹ ਮੁਕੱਦਮਾ ਗਾਂਹ ਚਲਾਇਆ ਨਹੀਂ ਜਾ ਸਕਦਾ ਅਤੇ ਇਹਦੇ ਵਿੱਚ ਇਹ ਸਾਬਤ ਨਹੀਂ ਕੀਤਾ ਜਾ ਸਕਦਾ ਕਿ ਜਿਹੜਾ ਵਿਅਕਤੀ ਜਿਹਦੇ ਹੱਥੋਂ ਇਹ ਸਾਰਾ ਕੁਛ ਹੋਇਆ ਉਹਦੀ ਇਹ ਮਨਸ਼ਾ ਸੀਗੀ, ਉਹਦਾ ਇਹ ਕੁਛ ਮਕਸਦ ਸੀਗਾ ਵੀ ਉਹਨੇ ਕਤਲ ਕਰਨਾ। ਕੋਈ ਵੀ ਉਹਦਾ ਮਨਸ਼ਾ ਜਿਹੜਾ ਇਸ ਵਿੱਚੋਂ ਨਹੀਂ ਲੱਭਿਆ, ਸਬੂਤ ਦਲੀਲ ਜਿਹੜੇ ਆ ਇਹ ਪੇਸ਼ ਨਹੀਂ ਕਰਦੇ ਗੱਲ ਨੂੰ ਕਿ ਉਸਨੂੰ ਚਾਰਜ ਕੀਤਾ ਜਾਣਾ ਚਾਹੀਦਾ। ਸੋ ਇੱਕ ਸਰੀ ਦੇ ਹੀ ਜਿਹੜੇ ਰਿਐਲਟਰ ਆ ਜਿਨ੍ਹਾਂ ਦੀ ਉਮਰ ਸ਼ਾਇਦ 50ਵਿਆਂ ਜਾਂ ਹੁਣ 60ਵਿਆਂ ਦੇ ਵਿੱਚ ਵੀ ਹੋਵੇ, ਬੜਾ ਵੱਡਾ ਨਾਮ ਆ ਉਹਨਾਂ ਦਾ, ਅਤੇ ਉਹ ਦੂਜੇ ਗੁਆਂਢੀ ਸੀਗੇ ਅਤੇ ਇਸ ਮਾਮਲੇ ਦੇ ਵਿੱਚ ਹੁਣ ਉਹਨਾਂ ਦੇ ਉੱਤੇ ਚਾਰਜ ਨਹੀਂ ਲਾਏ ਜਾ ਰਹੇ। ਜ਼ਾਹਰ ਆ ਕਿ ਜਿਹੜਾ ਮੈਨੀ ਅਮਰ ਦਾ ਪਰਿਵਾਰ ਆ ਉਹ ਇਹ ਸਵਾਲ ਜ਼ਰੂਰ ਕਰੂਗਾ ਵੀ ਜੇਕਰ ਫਿਰ ਇਹ ਚਾਰਜ ਨਹੀਂ ਲਾਏ ਜਾ ਰਹੇ ਤਾਂ ਦੋਸ਼ੀ ਕੌਣ ਆ, ਕਿ ਇਹ ਹਾਦਸਾ ਹੀ ਸਮਝਿਆ ਜਾਊਗਾ। ਇਸ ਤਰ੍ਹਾਂ ਦੇ ਕਈ ਸਵਾਲ ਜਿਹੜੇ ਉੱਠਣੇ ਆ, ਪਰ ਹਾਲ ਦੀ ਘੜੀ ਬੀਸੀ ਪ੍ਰੋਸੀਕਿਊਸ਼ਨ ਸਰਵਿਸਿਜ਼ ਨੇ ਇਹ ਕਹਿਤਾ ਵੀ 31 ਅਗਸਤ 2022 ਨੂੰ ਜਿਹੜੀ ਇਹ ਲੜਾਈ ਹੋਈ ਸੀਗੀ ਇਹਦੇ ਵਿੱਚ ਕਿਸੇ ਦੇ ਉੱਤੇ ਚਾਰਜ ਨਹੀਂ ਲਾ ਜਾ ਸਕਦੇ, ਕਿਉਂਕਿ ਇੱਕ ਇਹ ਇਕੱਲਾ ਕਹਿਰਾ ਇੰਸੀਡੈਂਟ ਸੀਗਾ, ਕੋਈ ਸੋਚ ਸਮਝ ਕੇ ਕੀਤਾ ਗਿਆ ਜਾਂ ਕੋਈ ਅਚਾਨਕ ਹੋਇਆ ਕਤਲ ਜਾਂ ਵਾਰਦਾਤ ਨੂੰ ਨਹੀਂ ਕਿਹਾ ਜਾ ਸਕਦਾ। ਮੈਨੀ ਅਮਰ ਦਾ ਜਿਹੜਾ ਵਿਛੋੜਾ ਆ ਵੈਸੇ ਭਾਈਚਾਰੇ ਦੇ ਵਾਸਤੇ ਬੜਾ ਦੁਖਦਾਈ ਆ, ਕਿਉਂਕਿ ਨੌਜਵਾਨ ਕਮਿਊਨਿਟੀ ਦੇ ਵਾਸਤੇ ਹਮੇਸ਼ਾ ਚੰਗਾ ਸੋਚਦਾ ਸੀਗਾ। ਗੈਂਗ ਵਾਇਲੈਂਸ ਬਾਰੇ, ਨੌਜਵਾਨਾਂ ਦੇ ਪੁੱਠੇ ਰਾਹਾਂ ਦੇ ਉੱਤੇ ਜਾਣ ਬਾਰੇ ਅਕਸਰ ਹੀ ਕੋਸ਼ਿਸ਼ ਹੁੰਦੀ ਸੀ ਵੀ ਕਿਸੇ ਨਾ ਕਿਸੇ ਤਰੀਕੇ ਨੌਜਵਾਨਾਂ ਨੂੰ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ। ਅ ਵਾਰੀਅਰਸ ਰਿਲੀਜਨ ਉਹਨਾਂ ਨੇ ਇੱਕ ਡਾਕੂਮੈਂਟਰੀ ਬਣਾਈ ਸੀ, ਉਸ ਤੋਂ ਬਾਅਦ ਫੁੱਟ ਸਟੈਪਸ ਇਨ ਟੂ ਗੈਂਗ ਲੈਂਡ ਇੱਕ ਡਾਕੂਮੈਂਟਰੀ ਬਣਾਈ ਸੀ। ਕੁੱਲ ਮਿਲਾ ਕੇ ਕੋਸ਼ਿਸ਼ ਇਹੀ ਹੁੰਦੀ ਸੀ ਕਿ ਕਮਿਊਨਿਟੀ ਨੂੰ ਅਵੇਅਰ ਕੀਤਾ ਜਾਵੇ, ਜਾਗਰੂਕ ਕੀਤਾ ਜਾਵੇ, ਪਰ ਗੁਆਂਢੀ ਨਾਲ ਹੋਏ ਇੱਕ ਮੰਦਭਾਗੇ ਝਗੜੇ ਦੇ ਵਿੱਚ ਮੈਨੀ ਅਮਰ ਉਹਨਾਂ ਦੀ 31 ਅਗਸਤ 2022 ਨੂੰ ਮੌਤ ਹੋ ਗਈ ਸੀਗੀ ਅਤੇ ਹੁਣ ਇਸ ਮਾਮਲੇ ਵਿੱਚ ਕੋਈ ਵੀ ਚਾਰਜ ਨਹੀਂ ਲਾਏ ਜਾ ਰਹੇ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।